ਉਹ ਮੈਂ ਆਇਆ ਤੇ ਜਿੰਦਰੇ ਖੁੱਲੇ ਸੀ ਤੇ ਮੁੜ ਕੇ ਆਣ ਕੇ ਮੈਂ ਕਮੇਟੀ ਵਾਲਿਆਂ ਨੂੰ ਫੋਨ ਕੀਤੇ ਨੇ। ਕਮੇਟੀ ਵਾਲੇ ਆਏ ਨੇ ਤੇ ਉਹਨਾਂ ਨੇ ਵੇਖਿਆ ਵੀ ਸਭ ਕੁਝ ਲੁੱਟ ਕੇ ਲੈ ਗਏ ਨੇ। ਇੱਕ ਵੱਡਾ ਸੀਗਾ ਬੈਟਰਾ ਸੀ, ਦੋ ਬੈਟਰੇ ਸੀ, ਇੱਕ ਵਨੇਟਰ ਸੀ, ਇੱਕ ਵੀਡੀਓ ਉਹ ਵੀ ਨਾਗੇ ਖੁੱਲ੍ਹ ਕੇ ਤੇ ਗੋਲਕ ਵੀ ਭੰਨ ਕੇ ਲੈ ਗਏ ਨੇ। ਤਕਰੀਬਨ 4-5 ਹਜ਼ਾਰ ਹੋਣੀ ਆ, ਉਹ ਵੀ ਲੱਗ ਗਏ ਨੇ, ਮਾਰ ਜਾ ਛੱਡ ਗਏ ਨੇ ਵਿੱਚ। ਸਾਡੇ ਚੋਰ ਨੇ ਉਹ ਛੇਤੀ ਫੜੇ ਜਾਣ ਤੇ ਸਾਨੂੰ ਪਤਾ ਲੱਗ ਜਾਵੇ ਕਿ ਚੋਰੀ ਕਿਹਨੇ ਕੀਤੀ ਹੈ ਤੇ ਇਹ ਸਾਡਾ ਸਮਾਨ ਜਿਹੜਾ ਵਾਪਸ ਮਿਲ ਜਾਵੇ ਜੇ ਚੋਰ ਫੜਿਆ ਜਾਵੇ ਤੇ। ਨਹੀਂ ਹੈਗਾ ਤਾਂ ਪੁਲਿਸ ਦੀ ਜਿਹੜੀ ਚੌਂਕੀ ਹੈ ਉਹ ਜਿਹੜਾ ਗਸ਼ਤ ਹੈ ਜਿਹੜੀ ਵਧਾਈ ਜਾਵੇ ਤੇ ਨਹਿਰ ਤੇ ਜਿਹੜੇ ਫੇਰੇ ਮਾਰਨ ਤੇ ਚੋਰੀਆਂ ਬਹੁਤ ਜ਼ਿਆਦਾ ਹੋ ਰਹੀਆਂ ਨਹਿਰ ਤੇ ਇਹ ਥੋੜ੍ਹਾ ਜਿਹਾ ਕੰਟਰੋਲ ਕਰਨ ਤੇ ਫਿਰ ਕੰਟਰੋਲ ਹੋ ਸਕਦਾ ਹੈ। ਇਹ ਪੁਲਿਸ ਨੂੰ ਬੇਨਤੀ ਹੈ ਕਿ ਕੰਟਰੋਲ ਕਰਨ ਦੀ ਜ਼ਰੂਰ ਜੋ ਇਹ ਮੰਗ ਹੈ ਸਾਡੀ ਪੂਰੀ ਕਰਨ। ਚੋਰੀ ਦੀ ਘਟਨਾ ਵੀਰ ਜੀ ਕੁਝ ਇਸ ਤਰ੍ਹਾਂ ਹੋਈ ਵੀ ਸਵੇਰੇ 4 ਵਜੇ ਗ੍ਰੰਥੀ ਸਿੰਘ ਸਾਡੇ ਗੁਰਦੁਆਰਾ ਸਾਹਿਬ ਵਿਖੇ ਆਉਂਦੇ ਆ। 4 ਵਜੇ ਗ੍ਰੰਥੀ ਸਿੰਘ ਨੇ ਜਦੋਂ ਆ ਕੇ ਦੇਖਿਆ ਤਾਂ ਦਰਵਾਜ਼ੇ ਦੇ ਲੋਕ ਟੁੱਟੇ ਪਏ ਸੀ, ਦਰਵਾਜ਼ਾ ਖੁੱਲ੍ਹਾ ਸੀ। ਉਹਨਾਂ ਸਾਨੂੰ ਫੋਨ ਕੀਤਾ ਅਤੇ ਅਸੀਂ 2 ਜਣੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਹਾਂ। ਆ ਕੇ ਦੇਖਿਆ ਜੀ ਲੋਕ ਟੁੱਟੇ ਸੀ, 2-3 ਲੋਕ ਲੱਗੇ ਹੋਏ ਸੀ, ਅੰਦਰ ਵੀ ਲੋਕ ਸੀ ਬਾਹਰ ਵੀ ਲੋਕ ਸੀ, ਸਾਰੇ ਟੁੱਟੇ। ਅੰਦਰ ਜਾ ਕੇ ਜਦੋਂ ਆਪਾਂ ਦੇਖਿਆ ਤਾਂ ਗੋਲਕ ਵੀ ਟੁੱਟੀ ਹੋਈ ਸੀ, ਉਹ 'ਚ ਤਕਰੀਬਨ 7-8 ਹਜ਼ਾਰ ਰੁਪਇਆ ਲਗਭਗ ਹੈਗਾ ਸੀ, ਉਹ ਵੀ ਨਿਕਲ ਚੁੱਕਾ ਸੀ ਅੰਦਰ। ਫਿਰ ਉਸ ਤੋਂ ਬਾਅਦ ਪਿੱਛੇ ਰੂਮ ਆ ਉਹਦੇ ਵਿੱਚ ਗਏ ਆਪਾਂ, ਉੱਥੇ 2 ਬੈਟਰੇ 1 ਇਨਵੇਟਰ ਸੀ, ਉਹ ਵੀ ਚੁੱਕਿਆ ਗਿਆ ਸੀ। ਇੱਕ DVR ਜੋ ਕੈਮਰਿਆਂ ਦਾ ਲੱਗਾ ਹੁੰਦਾ ਉਹ ਵੀ, ਜਿਹਦੇ 'ਚ ਰਿਕਾਰਡਿੰਗ ਸੀ ਸਾਰੀ, ਉਹ ਵੀ ਚੁੱਕਿਆ ਗਿਆ ਜੀ। ਉਸ ਤੋਂ ਬਾਅਦ ਨਿੱਕਾ ਮੋਟਾ ਸਮਾਨ ਹੋਰ ਵੀ ਜਿੱਦਾਂ ਜੁੰਟ ਵਗੈਰਾ ਛੋਟਾ ਮੋਟਾ ਹੋਰ ਵੀ ਸਮਾਨ ਜਿਹੜਾ ਉਹ ਵੀ ਚੁੱਕਿਆ ਗਿਆ ਜੀ। ਸਰ ਜੀ ਅਤੇ ਅੱਜ ਅਸੀਂ ਨਵਾਂ ਸਮਾਨ ਲਈਏ, ਸਾਡਾ ਕੋਈ 80 ਹਜ਼ਾਰ ਰੁਪਏ 70-80 ਹਜ਼ਾਰ ਰੁਪਏ ਦਾ ਸਮਾਨ ਹੈ ਜੀ। ਇਸ ਤੋਂ ਪਹਿਲਾਂ ਵੀ ਸਰਦੀਆਂ 'ਚ ਦਸੰਬਰ ਮਹੀਨੇ ਵੀ ਸਾਡੇ ਉਦੋਂ ਮੇਨ ਦਰਬਾਰ ਦੀ ਨਹੀਂ ਛੋਟੇ ਕਮਰੇ ਦੀ ਇੱਧਰ, ਉਦੋਂ ਵੀ ਸਰ ਲੋਕ ਤੋੜ ਕੇ ਚੋਰੀ ਹੋਈ ਜੀ। ਉਦੋਂ ਸਿਲੰਡਰ ਭੱਠੀਆਂ ਅਤੇ ਹੋਰ ਥੋੜ੍ਹੇ ਬਹੁਤੇ ਸਾਡੇ ਬਰਤਨ ਗੁਰਦੁਆਰਾ ਸਾਹਿਬ ਦੇ, ਇੱਦਾਂ ਦਾ ਸਮਾਨ ਸਾਡਾ ਉਦੋਂ ਵੀ ਚੋਰੀ ਹੋਇਆ ਜੀ। ਪੁਲਿਸ ਤੇ ਅੱਤਵਾਦ ਨੂੰ ਠੱਲ ਪਾ ਸਕਦੀ ਆ, ਇਹ ਤਾਂ ਫਿਰ ਚੋਰ ਨੇ, ਨਿੱਕੇ ਮੋਟੇ ਅਮਲੀ ਨੇ, ਇਹ ਅਮਲੀਆਂ ਦਾ ਕੰਮ ਹੈ ਜੀ। ਸਮੈਕ ਦਿਨੋਂ ਦਿਨ ਵੱਧਦੀ ਜਾ ਰਹੀ ਹੈ, ਜਿਹਦੇ ਕਰਕੇ ਅਮਲੀਆਂ ਦੀ ਸਮੈਕ ਨਹੀਂ ਪੂਰੀ ਹੋ ਰਹੀ। ਹੁਣ ਅਖੀਰ ਗੁਰੂ ਘਰਾਂ 'ਚ ਆ ਕੇ ਜਿੰਦਰੇ ਤੋੜਨ ਲੱਗ ਪਏ ਨੇ। ਜੇ ਸਾਡੇ ਗੁਰੂ ਘਰ ਹੀ ਨਹੀਂ ਸੇਫ ਤੇ ਆਪਾਂ ਤੇ ਘਰਾਂ 'ਚ ਸੇਫ ਹੈ ਹੀ ਨਹੀਂ ਗੇ, ਸਾਨੂੰ ਤੇ ਕਿਸੇ ਵੇਲੇ ਵੀ ਕੋਈ ਆ ਕੇ ਮਾਰ ਸਕਦਾ। ਜੇ ਗੁਰੂ ਘਰ 'ਚ ਏਡੇ ਏਡੇ ਵੱਡੇ ਕੰਮ ਹੋ ਸਕਦੇ ਆ ਤੇ ਘਰਾਂ 'ਚ ਤੇ ਕਿਸੇ ਦਾ ਮੁੱਲ ਹੀ ਕੋਈ ਨਹੀਂ ਜੀ। ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਬੰਦੇ ਜਿਹੜੇ ਸਾਨੂੰ 1-2 ਦਿਨ ਦੇ ਵਿੱਚ ਜਿੱਦਾਂ ਮਰਜ਼ੀ ਸਾਨੂੰ ਬੰਦੇ ਲੱਭਣੇ ਚਾਹੀਦੇ ਆ। 2 ਚੋਰੀਆਂ ਸਾਡੇ ਗੁਰਦੁਆਰਾ ਸਾਹਿਬ ਹੋ ਗਈਆਂ, 3-4 ਲਾਗੇ ਬੰਨੇ ਹੋ ਚੁੱਕੀਆਂ ਨੇ। 8 ਵਜੇ SHO ਸਾਹਿਬ ਆਪ ਵੀ ਆਏ, ਚਲੋ ਪਰਚਾ ਉਹਨਾਂ ਦਰਜ ਕਰਤਾ ਮੇਰੇ ਖਿਆਲ 'ਚ, ਚਲੋ FIR ਦੀ ਕਾਪੀ ਅਜੇ ਤੱਕ ਨਹੀਂ ਆਈ, ਪਰਚਾ ਉਹਨਾਂ ਦਰਜ ਕਰ ਦਿੱਤਾ। ਵੈਸੇ ਸਮਾਨ ਤੇ ਮੰਨ ਲਓ ਆਪਾਂ ਫੇਰ ਲੈ ਲਾਂਗੇ, ਇਹ ਭਰੋਸਾ ਚਾਹੀਦਾ ਵੀ ਗਾਂ ਤੋਂ ਚੋਰੀ ਨਹੀਂ ਹੋਏਗੀ, ਕਿਉਂਕਿ ਇੰਨਾ ਨੁਕਸਾਨ ਹਰ ਵਾਰੀ ਝੱਲਿਆ ਨਹੀਂ ਜਾਂਦਾ। ਕੱਲ ਨੂੰ ਕੋਈ ਬੇਅਦਬੀ ਹੋ ਜੇ ਫਿਰ ਜ਼ਿੰਮੇਵਾਰ ਕੌਣ ਹੈ ਜੀ? ਘਟਨਾ ਇਦਾਂ ਹੀ ਹੁੰਦੀਆਂ ਜੀ। ਅਮਲੀਆਂ ਦੇ ਨਸ਼ਾ ਨਹੀਂ ਪੂਰਾ ਹੁੰਦਾ ਸਮੈਕੀਆਂ ਦਾ, ਸਰਕਾਰਾਂ ਨੇ ਨਸ਼ੇ ਵਧਾਏ ਨੇ, ਸਿੱਧੀ ਗੱਲ ਹੈ ਸਰ। ਨਸ਼ਾ ਘਰ ਘਰ ਵਿਕਣ ਡਿਆ, ਉਹਨਾਂ ਨੂੰ ਮਿਲਦਾ ਉਹ ਚੋਰੀ ਕਰਦੇ ਆ, ਅਖੀਰ ਜਦੋਂ ਕਿਤੋਂ ਨਹੀਂ ਕੁਝ ਲੱਭਦਾ, ਪੈਸੇ ਨਹੀਂ ਲੱਭਦੇ, ਉਹ ਗੁਰੂ ਘਰਾਂ ਜਾ ਕੇ ਨੁਕਸਾਨ ਕਰਦੇ। ਉਹਨਾਂ ਨੇ ਤਾਂ ਸਰ ਸਮਾਨ ਵੇਚਣਾ ਕੋਈ 5-7 ਹਜ਼ਾਰ ਦਾ, 2 ਹਜ਼ਾਰ ਦਾ, ਇੱਧਰ ਸਰ 70-80 ਹਜ਼ਾਰ ਦਾ ਸਮਾਨ ਹੈ ਸਾਰਾ ਜਿਹੜਾ ਚੋਰੀ ਹੋਇਆ। ਕਾਰਵਾਈ ਅਸੀਂ ਕਰਾਉਣੀ ਕਰਾਉਣੀ ਆ, ਬੰਦੇ ਸਾਨੂੰ ਚਾਹੀਦੇ ਆ, ਜਿੱਥੋਂ ਮਰਜ਼ੀ ਲੱਭ ਕੇ ਦੇਣ, ਸਾਨੂੰ ਬੰਦੇ ਚਾਹੀਦੇ ਆ ਜੀ।